ਇਹ ਜੀ ਤਹਿਸੀਲ ਗੁਜਰਾਂਵਾਲਾ ਜ਼ਿਲ੍ਹਾ ਵੀ ਗੁਜਰਾਂਵਾਲਾ ਕਿਲਾ ਦਾਰ ਸਿੰਘ ਸ਼ਹਿਰ ਹੈ ਸਾਡੇ ਕਰੀਬ ਵੀ ਸ਼ਾਮਲ ਨੇ ਸਾਰੀਆਂ ਮੱਝਾਂ ਕਿੰਨੀਆਂ ਨੇ ਟੋਟਲ ਜੀ 300 ਹੈ ਡੰਗਰ ਤਕਰੀਬਨ 300 ਮਾਈਨਸ ਪਲੱਸ ਹੈ ਠੀਕ ਤੁਹਾਡੀ ਇਸ ਫਾਰਮ ਦੀ ਪ੍ਰੋਡਕਸ਼ਨ ਕਿੰਨੀ ਯਾਨੀ ਡੇਲੀ ਦਾ ਕਿੰਨਾ ਦੁੱਧ ਹੋਈ ਜਾਂਦਾ ਜੀ 6.5-600 ਮਨ ਹੋ ਜਾ 6.5-600 ਲੀਟਰ 600 ਲੀਟਰ ਹਾਂਜੀ ਕਿੰਨੇ ਮਨ ਬਣ ਗਿਆ ਹੈ ਤਕਰੀਬਨ 14 ਪਲੱਸ ਹੀ ਬਣ ਅੱਛਾ ਕਿੰਨੇ ਲੋਕ ਇਸ ਫਾਰਮ ਦੇ ਕੰਮ ਕਰਦੇ ਨੇ ਫੇ ਇੱਥੇ ਤਕਰੀਬਨ 10 ਤੋਂ 12 ਲੋਕ ਕੰਮ ਕਰਦੇ ਜੀ ਠੀਕ ਹੈ ਉਹਨਾਂ ਦੇ ਕੰਮ ਵੰਡੇ ਨੇ ਜਾਂ ਇਕੱਠੇ ਸਾਰਿਆਂ ਨੇ ਕੰਮ ਕਰਨੇ ਇਕੱਠੇ ਹੀ ਕਰਦੇ ਜੇ ਕੰਮ ਸਾਰੇ ਨਹੀਂ ਜੀ ਅਸੀਂ ਸ਼ੌਕ ਨਾਲ ਵੰਡਾ ਪਾਣੇ ਆ ਅੱਛਾ ਹਾਂਜੀ ਸਾਡੀਆਂ ਮੱਝਾਂ ਸੂਣ ਵਾਲੀਆਂ ਨੇ ਅੱਗੋਂ ਪਿਆਰੀਆਂ ਝੂਟੀਆਂ ਨੇ ਘਰ ਦੀਆਂ ਸਾਰੀਆਂ ਬਣਾਈਆਂ ਨੇ ਚਾਹ ਨਾਲ ਸਾਰੀਆਂ ਨੂੰ ਇਸ ਵਜ੍ਹਾ ਤੋਂ ਪਾਈਦਾ ਕਦੋਂ ਇਹ ਫਾਰਮ ਕਦੋਂ ਸ਼ੁਰੂ ਹੋਇਆ ਸੀ ਫਾਰਮ ਤਕਰੀਬਨ 3 ਸਾਲ ਪਹਿਲੇ ਤੇ ਉਦੋਂ ਤੁਸੀਂ ਕਿੱਥੋਂ ਜਾਨਵਰ ਲਏ ਅਸੀਂ ਹੈਡ ਲੁੱਡਨ ਤੋਂ ਜ਼ਿਆਦਾ ਲਿਆਂਦੇ ਨੇ ਠੀਕ ਹੈ ਨੀਲੀ ਰਾਵੀ ਤੋਂ ਹਾਂਜੀ ਸਹੀ ਹੈ ਤੇ ਇਸ ਟਾਈਮ ਤੁਹਾਡੇ ਕੋਲ ਸਾਰੀਆਂ ਮੱਝਾਂ ਨੀਲੀ ਰਾਵੀ ਦੀਆਂ ਹੋਰ ਕੋਈ ਨਹੀਂ ਨਹੀਂ ਹੋਰ ਨਹੀਂ ਹੈ ਕੋਈ ਨਾਜ਼ਰੀਨ ਨੂੰ ਸਿਰਫ ਤੁਸੀਂ ਹੌਸਲਾ ਅਫਜ਼ਾਈ ਵਾਸਤੇ ਦੱਸਣਾ ਹੈ ਕਿ ਜਿਹੜੇ ਲੋਕ ਕਹਿੰਦੇ ਨੇ ਕਿ ਕੰਮ ਬੜਾ ਮੁਸ਼ਕਲ ਹੈ ਤੁਸੀਂ ਕਿਹਾ ਕਿ 4 ਸਾਲ ਪਹਿਲੇ ਕੰਮ ਸ਼ੁਰੂ ਕੀਤਾ ਕਿੰਨੇ ਜਾਨਵਰਾਂ ਤੋਂ ਕੀਤਾ ਅਸੀਂ ਤਕਰੀਬਨ 10 ਜਾਨਵਰਾਂ ਤੋਂ ਕੀਤਾ ਸਟਾਰਟ ਹੁਣ ਮਾਸ਼ਾਅੱਲਾ ਟੋਟਲ ਕਿੰਨੇ ਤੁਹਾਨੂੰ ਦੱਸੇ ਨੇ 300 ਤੋਂ ਉੱਤੇ ਜਾਨਵਰ ਬਰਕਤ ਕਿਸ ਤਰ੍ਹਾਂ ਪਈ ਹੈ ਮਿਹਨਤ ਹੈ ਜਾਂ ਤੁਸੀਂ ਸਮਝਦੇ ਹੋ ਕਿ ਬਸ ਇਮਾਨਦਾਰੀ ਨਾਲ ਕੰਮ ਕੀਤਾ ਇਮਾਨਦਾਰੀ ਨਾਲ ਕੰਮ ਕੀਤਾ ਅੱਲਾ ਦਾ ਸ਼ੁਕਰ ਹੈ ਮਾਂ ਜੀ ਮਿਹਨਤ ਹੈ ਬਸ ਅਸਲਾਮ ਅਲੈਕੁਮ ਵਾਲੇਕਮ ਅਸਲਾਮ ਭਾਈ ਜਨ ਕੀ ਹਾਲ ਹੈ ਤੁਹਾਡਾ ਠੀਕ ਰਹੀਆ ਠੀਕ ਸ਼ੁਕਰ ਅਲਹਮਦੁਲਿਲਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮੁਦੱਸਰ ਜੀ ਮੁਦੱਸਰ ਭਾਈ ਅਸੀਂ ਇਸ ਟਾਈਮ ਕਿਹੜੀ ਜਗ੍ਹਾ ਤੇ ਖਲੋਤੇ ਹਾਂ ਜੀ ਖਾਲਕਪੁਰ ਚੋਰੀ ਅਕਰਮ ਦੇ ਫਾਰਮ ਤੇ ਕਿੱਥੇ ਵਾਕਿਆ ਵੇ ਇਹ ਜੀ ਖਾਲਕਪੁਰ ਸੇਮ ਨਾਲੇ ਦੇ ਨਾਲ ਬਿਲਕੁਲ ਤੇ ਕਿਹੜਾ ਸ਼ਹਿਰ ਕਿਹੜੀ ਤਹਿਸੀਲ ਇਹ ਜੀ ਤਹਿਸੀਲ ਗੁਜਰਾਂਵਾਲਾ ਜ਼ਿਲ੍ਹਾ ਵੀ ਗੁਜਰਾਂਵਾਲਾ ਕਿਲਾ ਦਾਰ ਸਿੰਘ ਸ਼ਹਿਰ ਹੈ ਸਾਡੇ ਕਰੀਬ ਠੀਕ ਹੋ ਗਿਆ ਅੱਛਾ ਇਸ ਡੇਰੀ ਫਾਰਮ ਦਾ ਕੀ ਨਾਮ ਜੇ ਜੀ ਅਕਰਮ ਡੇਰੀ ਫਾਰਮ ਅਕਰਮ ਵੜਾਇਚ ਡੇਰੀ ਫਾਰਮ ਆਪਣੀ ਨੋਇਤ ਦਾ ਬੜਾ ਮੁਨਫਰਦ ਔਰ ਮੁਖਤਲਿਫ ਡੇਰੀ ਫਾਰਮ ਹੈ ਕੀ ਖਾਸ ਗੱਲ ਹੈ ਇਸ ਡੇਰੀ ਫਾਰਮ ਦੇ ਵਿੱਚ ਯਾਨੀ ਜਾਨਵਰਾਂ ਦੇ ਹਵਾਲੇ ਨਾਲ ਔਰ ਇਹਦੇ ਫਾਰਮ ਦੇ ਜਿਹੜੀ ਸੈਟਅਪ ਹੈ ਉਹਦੇ ਹਵਾਲੇ ਨਾਲ ਕੀ ਕਹਿਣਾ ਚਾਹੋਗੇ ਜੀ ਅਸੀਂ ਇਹ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਕਿ ਇਨਸ਼ਾਅੱਲਾ ਦੇਖਭਾਲ ਬਹੁਤ ਅੱਛੀ ਹੈ ਪੱਠਾ ਬੜੇ ਧਿਆਨ ਨਾਲ ਪੈਂਦਾ ਹੈ ਪਾਣੀ ਸ਼ਾਨੀ ਸੈਲਜ ਪਾਈਦਾ ਬਿਹਤਰੀਨ ਪਾਣੀ ਜਿਹੜਾ ਉਹ 24 ਘੰਟੇ ਮੱਝਾਂ ਪੀਂਦੀਆਂ ਰਹਿੰਦੀਆਂ ਨੇ ਤੇ 24 ਘੰਟੇ ਜਿਹੜਾ ਸਾਡਾ ਸਰਵਿਸ ਵੀ ਇਹਨਾਂ ਦੇ ਮਾਸ਼ਾਅੱਲਾ ਫਾਰਮ ਦੇ ਉੱਤੇ ਜੇ ਠੀਕ ਹੋ ਗਿਆ ਅੱਛਾ ਭਈਆ ਦੱਸੋ ਕਿ ਇਸ ਟਾਈਮ ਤੁਹਾਡੇ ਕੋਲ ਛੋਟੇ ਵੱਡੇ ਜਾਂ ਤਕਰੀਬਨ ਜਿਨ੍ਹਾਂ ਵਿੱਚ ਛੋਟੇ ਮੱਝਾਂ ਵੀ ਸ਼ਾਮਲ ਨੇ ਤਾਜ਼ੀਆਂ ਵੀ ਸ਼ਾਮਲ ਨੇ ਸਾਰੀਆਂ ਮੱਝਾਂ ਕਿੰਨੀਆਂ ਨੇ ਟੋਟਲ ਜੀ 300 ਹੈ ਡੰਗਰ ਤਕਰੀਬਨ 300 ਮਾਈਨਸ ਪਲੱਸ ਹੈ ਠੀਕ ਹੋ ਗਿਆ ਮਾਸ਼ਾਅੱਲਾ ਅੱਛਾ 300 ਅਸੀਂ ਵੇਖਿਆ ਫਾਰਮ ਨੂੰ ਵਿਜ਼ਿਟ ਕਰਕੇ ਇੰਟਰਵਿਊ ਕਰਨ ਤੋਂ ਪਹਿਲੇ ਕਿ ਬੜਾ ਮੈਨੇਜ ਕੀਤਾ ਹੈ ਕੁਝ ਮੱਝਾਂ ਇਸ ਪੋਰਸ਼ਨ ਦੇ ਵਿੱਚ ਨੇ ਕੁਝ ਉਧਰ ਨੇ ਅਸੀਂ ਇੱਕ ਇੱਕ ਕਰਕੇ ਵੀ ਨਾਜ਼ਰੀਨ ਨੂੰ ਵਿਖਾਵਾਂਗੇ ਸਭ ਤੋਂ ਪਹਿਲਾਂ ਦੱਸੋ ਕਿ ਤੁਹਾਡੇ ਇਸ ਫਾਰਮ ਦੀ ਪ੍ਰੋਡਕਸ਼ਨ ਕਿੰਨੀ ਯਾਨੀ ਡੇਲੀ ਦਾ ਕਿੰਨਾ ਦੁੱਧ ਹੋ ਜਾਂਦਾ ਜੀ 6.5-600 ਮਨ ਹੋ ਜਾ 6.5-600 ਲੀਟਰ 600 ਲੀਟਰ ਹਾਂਜੀ ਕਿੰਨੇ ਮਨ ਬਣ ਗਿਆ ਹੈ ਤਕਰੀਬਨ 14 ਪਲੱਸ ਹੀ ਬਣ ਜਾਂਦਾ ਜੀ ਯਾਨੀ 600 ਲੀਟਰ ਮਾਸ਼ਾਅੱਲਾ ਦੁੱਧ ਦੇ ਹੋਰ ਤਕਰੀਬਨ 14 ਤੋਂ ਉੱਤੇ ਹੀ ਚਲਾ ਜਾਂਦਾ ਵੇ ਜੀ ਅੱਛਾ ਇੱਥੇ ਕੀ ਰੇਟ ਹੈ ਦੁੱਧ ਦਾ ਅਗਰ ਵੇਖਿਆ ਜਾਏ ਗੁਜਰਾਂਵਾਲਾ ਚ 112 ਰੁਪਏ ਜੀ 112 ਇਹ ਜਿਹੜਾ ਲੋਕਲ ਰੇਟ ਦੱਸ ਦੇ ਵੀ ਜਾਂ ਸ਼ਹਿਰ ਦਾ ਰੇਟ ਦੱਸ ਦੇ ਇਹ ਜੀ ਸਾਡਾ ਫਾਰਮ ਦਾ ਰੇਟ ਠੀਕ ਹੈ ਜਿਹੜੇ ਇੱਥੋਂ ਆ ਕੇ ਲੋਕ ਲੈਂਦੇ ਨੇ ਜੀ ਆ ਸਹੀ ਹੋ ਗਿਆ ਅੱਛਾ ਕਿੰਨੇ ਲੋਕ ਇਸ ਫਾਰਮ ਦੇ ਕੰਮ ਕਰਦੇ ਨੇ ਫੇ ਇੱਥੇ ਤਕਰੀਬਨ 10 ਤੋਂ 12 ਲੋਕ ਕੰਮ ਕਰਦੇ ਜੀ ਠੀਕ ਹੈ ਉਹਨਾਂ ਦੇ ਕੰਮ ਵੰਡੇ ਨੇ ਜਾਂ ਇਕੱਠੇ ਸਾਰਿਆਂ ਨੇ ਕੰਮ ਕਰਨਾ ਇਕੱਠੇ ਕਰਦੇ ਜੇ ਕੰਮ ਸਾਰੇ ਠੀਕ ਹੈ ਜਿਹੜਾ ਵੀ ਕੰਮ ਉਹਨਾਂ ਨੇ ਕਰਨਾ ਹੈ ਹਾਂਜੀ ਸਵੇਰ ਕਿੰਨੇ ਵਜੇ ਭਾੜਾ ਕਰਦੇ ਹੋ ਕਿੰਨੇ ਵਜੇ ਤਾਰਾਂ ਸਟਾਰਟ ਕਰਦੇ ਹੋ ਸ਼ਾਮ ਨੂੰ ਕਿੰਨੇ ਵਜੇ ਤਾਰਾਂ ਇਹ ਸਵੇਰ ਕਰਦੇ ਜੇ ਤਕਰੀਬਨ 3 ਤੋਂ 3 ਕਰਦੇ ਜੀ ਠੀਕ ਹੈ ਸਵੇਰ 3 ਵਜੇ ਚਵਾਈ ਹੋਣੀ ਹੈ ਹਾਂਜੀ ਫਿਰ ਸ਼ਾਮ ਨੂੰ 3 ਵਜੇ ਚਵਾਈ ਹੋਣੀ ਸਾਰਾ ਦਿਨ ਫਾਰਮ ਤੇ ਹੀ ਰਹਿਣੇ ਨੇ ਜਾਨਵਰ ਬਾਹਰ ਨਹੀਂ ਕੱਢਣੇ ਨਹੀਂ ਬਾਹਰ ਨਹੀਂ ਕੱਢਣੇ ਫਾਰਮ ਦੇ ਵਿੱਚ ਕੱਚੇ ਵਾੜੇ ਬਣਾਏ ਜੀ ਪਿੱਛੇ ਅੱਛਾ ਚਵਾਈ ਕਰਕੇ ਤੇ ਬਾਹਰ ਕੱਢ ਛੀੜੀ ਦੇ ਠੀਕ ਹੈ ਯਾਨੀ ਇਸ ਸਾਈਡ ਤੇ ਸਾਨੂੰ ਇੱਕ ਕੱਚੀ ਜਗ੍ਹਾ ਨਜ਼ਰ ਆ ਰਹੀ ਹੈ ਇਧਰ ਕੱਢ ਦਿੰਦੇ ਹੋ ਬੜਾ ਜ਼ਬਰਦਸਤ ਆਈਡੀਆ ਵੇ ਅੱਛਾ ਭਈਆ ਦੱਸੋ ਕਿ ਕੱਚੀ ਜਗ੍ਹਾ ਤੁਸੀਂ ਕਿਉਂ ਰੱਖੀ ਹੈ ਕੱਚੀ ਜਗ੍ਹਾ ਜਿਹੜਾ ਮੱਝਾਂ ਬਹਿ ਜਾਂਦੀਆਂ ਜੇ ਖੁਸ਼ ਹੋ ਕੇ ਹਾਂਜੀ ਇਸ ਵਜ੍ਹਾ ਤੇ ਆਪਣਾ ਚੋ ਕੇ ਬਾਹਰ ਨੂੰ ਕੱਢ ਦਿੰਦੀਆਂ ਨੇ ਕੱਚੀ ਜਗ੍ਹਾ ਤੇ ਡੰਗਰ ਖੁਸ਼ ਹੋ ਜਾਂਦਾ ਜਿਹੜਾ ਠੀਕ ਹੈ ਅੱਛਾ ਕਿੰਨੀ ਦੇਰ ਵਾਸਤੇ ਉਹ ਕੱਚੀ ਜਗ੍ਹਾ ਤੇ ਰਹਿੰਦੀਆਂ ਨੇ ਔਰ ਕਿੰਨੀ ਦੇਰ ਵਾਸਤੇ ਪੱਕੀ ਜਗ੍ਹਾ ਤੇ 4 ਘੰਟੇ ਚੋਈ ਤੋਂ ਬਾਅਦ ਰਹਿੰਦੀਆਂ ਨੇ ਸਵੇਰ 4 ਘੰਟੇ ਸ਼ਾਮ ਚੋਈ ਤੋਂ ਬਾਅਦ ਰਹਿੰਦੀਆਂ ਨੇ ਠੀਕ ਹੋ ਗਿਆ ਜ਼ਿਆਦਾ ਮੱਝਾਂ ਦੀ ਜਿਹੜੀ ਤੁਸੀਂ ਖੁਰਾਕ ਇਹਨਾਂ ਨੂੰ ਦਿੰਦੇ ਹੋ ਕਿਹੜੀ ਹੈ ਜ਼ਿਆਦਾ ਸਾਇਲਜ ਹੀ ਇਸਤੇਮਾਲ ਕਰਦਾ ਜੀ ਸਾਇਲਜ 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 ਆਪਣਾ ਬਣਾਉਂਦੇ ਹੋ ਜਾਂ ਬਣਿਆ ਬਣਾਤਾ ਅਸੀਂ ਆਪਣਾ ਬਣਾਉਂਦੇ ਜੀ ਸਾਇਲਜ ਠੀਕ ਹੋ ਗਿਆ ਅੱਛਾ ਕੋਈ ਐਵਰੇਜ ਦੱਸ ਸਕਦੇ ਹੋ ਅਗਰ ਤੁਹਾਨੂੰ ਯਾਦ ਹੈ ਕਿ ਇੱਕ ਮਣ ਸਾਇਲਜ ਕਿੰਨੇ ਦਾ ਪੈ ਜਾਂਦਾ ਇੱਕ ਮਣ ਸਾਇਲਜ ਅੱਛਾ ਤੇ ਕਿ ਮੈਂ 200 ਰੁਪਏ ਤੁਹਾਨੂੰ ਦੱਸਿਆ ਜੀ 200 ਰੁਪਏ ਜੀ ਅੱਛਾ ਤੇ ਸਾਇਲਜ ਦੇ ਨਾਲ ਜਿਹੜਾ ਅਸੀਂ ਵੰਡਾ ਵਗੈਰਾ ਪਾਣੇ ਆ ਉਹਦੀ ਮਿਕਦਾਰ ਕੀ ਰੱਖਦੇ ਹੋ ਕਿ ਪਾਉਂਦੇ ਹੀ ਨਹੀਂ ਅਸੀਂ ਪਾਉਂਦੇ ਜੀ 2 ਕਿਲੋ ਇੱਕ ਮੱਝ ਨੂੰ ਇੱਕ ਮੱਝ ਨੂੰ ਉਹ ਕਿਹੜੀ ਮੱਝ ਜਿਹੜੀ ਸਭ ਤੋਂ ਅੱਛਾ ਦੁੱਧ ਦਿੰਦੀ ਹੈ ਉਹ ਵਾਲੀ ਮੱਝ ਸਾਰੀਆਂ ਮੱਝਾਂ ਨੂੰ ਜਿਹੜੀ ਜ਼ਿਆਦਾ ਅੱਛਾ ਦੁੱਧ ਦਿੰਦੀ ਉਹਨੂੰ 2 ਤੋਂ 2.5 ਕਿਲੋ ਪਾਈਦਾ ਅੱਛਾ ਤੇ 1.5 ਤੋਂ 2 ਕਿਲੋ ਪਾਈਦਾ ਜਿਹੜਾ ਨਾਰਮਲ ਦਿੰਦੀ ਆਪਣੇ ਸਾਰੇ ਜਾਨਵਰਾਂ ਨੂੰ ਵੰਡਾ ਪਾਉਂਦੇ ਹੋ ਸਾਰੇ ਜਾਨਵਰਾਂ ਜ਼ਬਰਦਸਤ
की गल है कि कुछ खांगड़े जानवर भी होंगे ने कुछ मझा अगू नवी ने सोनालिया ने कई ताजिया ने कई छोटे जा भी ने मझा माशाला जी नस्ली ने सारिया जी खांगड़िया ने भी अगो सोनालिया ने उन्होंने भी इस करके फिर वंडा पा दी बराबर से जरा वंडा वंडा पाते हो फिर की नतज की ने अच्छे नतज ने बेहतरीन कई लोग सिर्फ ताजिया मझा जिन्हों को दुद्ध लैना उन्होंने भी वंडा पाते नहीं जी असि शौक न वंडा पाने अच्छा हाँ जी ठीक है मझा सोन वाली ने अगो प्यारियां झूठिया ने घर दया सारिया बनाई ने चाह सारिया इस वजह पाई द कदों फार्म कदों शुरू होया सी फार्म तकरीबन 3 साल पहले ते ओदों तुसी कित्थों जानवर ले असी हैड लुडन तो ज्यादा लेंदे ने ठीक है नीली रावी तो हां जी सही है ते इस टाइम तुहाडे कोल सारियां मझां नीली रावी दी और कोई नहीं नहीं होर नहीं है कोई ठीक हो गया एना मझां नूं तुसी आपी अपने हत्थां नाल ही तैयार कीता है हां जी यानी कि बच्चे लै गए इन्हां दीयां झोटियां लै गए हां झोटियां लै के आए हां घर ही सोईयां सारियां अच्छा अगू फिर नस्लां दी कीती आप अगों जी नस्ल ही आप बनाने पर नाजरीन नूं सिर्फ तुसी हौसला अफजाई वास्ते दसना है कि जिहड़े लोग कहिंदे ने कि काम बड़ा मुश्किल है तुसी कहा कि 4 साल पहले काम शुरू किया किन्ने जानवरों तों किया असीं तकरीबन 10 जानवरों तों किया स्टार्ट हूं माशाला टोटल किन्ने तो दसे ने 300 तो उत्ते जानवर बरकत किस तरह पई है मेहनत है या तुसी समझदे हो कि बस ईमानदारी नाल काम कीता ईमानदारी नाल काम कीता अल्लाह दा शुक्र है मां जी मेहनत है बस बरकत नाल ही हां जी ठीक है ते जानवर नाल अजाफी लियांदे रहे हो या फिर इन्हां नूं ही सुंदियां रहियां ने ते बरकत पैंदी रही हां जी 2-4 दफा झोटियां जिहड़ियां ने बना के सवाईयां ने अगों माशाला घर दीआं हुण बनदीआं जांदीआं ने ठीक हो गया हां जी दुध की खपत थोड़ी कैसी है कि दुध रुकिया तो नहीं कभी ना जी दुध सा पूरा ही नहीं हुंदा अच्छा कोरोना दे विच भी कहंदे ने पूरा ही नहीं होया दुध आज तक सा जबरदस्त जबरदस्त यानी जेड़े लोग कहंदे ने जी थोड़ा दुध पिया रहंदा है या दुध वध जांदा है लोग खरीदते नहीं ना जी ना लवाई नहीं लैंदा वो गल गलत है बिलकुल गलत ठीक हो गया वैसे भी दुध की जी आने वाले वक्त डिमांड वधदी है अच्छा गर्मिया सर्दियों की डिमांड हो जी दुध की जी सेम बराबर ही है ठीक हो गया अच्छा भाई यह दसो कि नीली रावी की इस टाइम पोर्शन भी बनाए ने तुहाडे को जिहड़ियां इस टाइम लै रही ने हाली दुध देने वाली वह किनिया ने 60 तो 65 मझा है ठीक है यानी 60 तो 65 तो माशाला 600 लीटर रन आउट डेली का लै रहे हो ठीक हो गया साइलेज का तुसी गल की है साइलेज जरा वे इस पूरे इलाके च गुजरांवाला इतने चक्कर लगाने गुजरांवाला डिवीजन च इतने लोग साइलेज ही पाते हैं लेकिन एक शिकायत आती है कि साइलेज नाल साड़ू का मसला हो जाता है असी माशाला देखभाल करते जी मर्चा वगैरह मसाला ये वो सारा ध्यान करी दा बड़ा डॉक्टर साडा लग्या फार्म दे उते अच्छा हर रोज फेरा मार दा ठीक है हरे पट्ठे भी नाल पाई दे जी साइलेज दे उते मगरी मगरी ना लवेरियां सारियां अच्छा जी ते यानी के साड़ू तो बचाने लई नाल फिर हरा पट्ठा शामिल कीता रहे हां जी पाई बिल्कुल पाई सीजन ते जे जड़ा भी आवे जी ते ओ की मिकदार रख दे हरा किन्ना ते दूसरा किन्ना नॉर्मल थले सैला ही पा देदा जी उते फिर हरा थोड़ा थोड़ा पा देदा मगरी मगरी सारियां फुल्लियां दे उते तकरीबन ठीक हो गया अच्छा बई तुसी दस्या कि पट्ठे जेडे ने वो थोड़े बहुते नाल असी सबज जेड़ा चारा शामिल कर लेने आ ते तूड़ी दी मिकदार की है तूड़ी तकरीबन 30% तूड़ी विच पाई दी जे 2 हिस्से सैलेज पाई दा 30% तूड़ी पाई दी सही हो गया और जेड़ा सैलेज है एदा रिजल्ट कैसा है बहुत अच्छा है दुध और जानवर सेहतमंद सेहतमंद और दुध भी अच्छा ठीक हो गया हाँ जी वेख लो माशाल्लाह तुहाडे सामने ने डंगर जी माशाल्लाह अल्लाह नजरेबाद तो बचाए यानी नाजरी नु की कहना चाहते हो कि जेडे लोग कहंदे ने कि साडे जानवर लिस्से हो गए ने माड़े हो गए ने कमजोर हो गए ने उन्हां नु अगर साइलेज पाया जाए तो ठीक हो जाएंगे माशाल्लाह तुहाडे सामने ने जानवर सारे वेख लो साइलेज जी बिल्कुल माशाल्लाह पाई दी है ते बेहतरीन रिजल्ट है साडा दुध भी अच्छा है माशाल्लाह जानवर भी अच्छे ने सुतरे ने सारे ठीक हो गया अच्छा जेडे तुहाडे मुलाजमी ने उन्हां दे को अखराजात दस सकदे हो कि किन्ने अखराजात ने जी हाँ 12-14 हज़ार तनखा जे एक मुलाजम की नाल उन्हां दे फैमिली वाले जिहड़े उन्हां नूं दुध दे देईदा नाल पीण पूण वास्ते बच्चियां बुच्चियां वास्ते अच्छा ए ते मतलब नॉर्मली खर्चा है तकरीबन सारे पंजाब च ही चलदा पिया ए दसो कि 300 जानवर अगर किसी बंदे ने रखे है जी तो किन्ने मुलाजमी होण ते वारा खांदे ने 300 जानवर नूं कम से कम जे ते साइलेज पाण ते 10 तो 12 जिहड़े ने लाजमी बंदे होने चाहिए ठीक है जी जे वढ के पट्ठे पाईए ते फिर भावें ज्यादा कर लवो अच्छा जी ठीक हो गया ते जरा जमीन है तुहाडी अपनी है जी अपनी है तो माशाल्लाह किन्नी जमीन बीजदे हो सिर्फ इन्हां दे सब्ज़ चारे वास्ते जी 2 मरबे ਦੋ ਮਰਬੇ ਤੇ ਜਿਹੜਾ ਸਾਇਲੇਜ ਉਹ ਉਹਦਾ ਆਪਣਾ ਹੀ ਤੁਸੀਂ ਬਣਾਉਂਦੇ ਹੋ ਆਪਣਾ ਬਣਾਈਦਾ ਜੀ ਉਹਦੀ ਕੀ ਸਕੀਮ ਹੈ ਜਿਹੜਾ ਦੱਸੋ ਜਿਹੜੇ ਲੋਕ ਆਪਣਾ ਬਣਾਉਣਾ ਚਾਹੁੰਦੇ ਨੇ ਮਸ਼ੀਨ ਆਪਣੀ ਲੈਣੀ ਚਾਹੀਦੀ ਹੈ ਜਾਂ ਫਿਰ ਉਹ ਅਗਰ ਤੁਸੀਂ ਕਿਸੇ ਨੂੰ ਮਸ਼ੀਨ ਲਾਣ ਕਰ ਲਓ ਹਾਂਜੀ ਲਾਣ ਵਾਲੀ ਮਸ਼ੀਨ ਆਪਣੀ ਹੋਣੀ ਚਾਹੀਦੀ ਹੈ ਵੱਢਣ ਵਾਲੀ ਤਾਂ ਚਲੋ ਕੀਮਤੀ ਉਹ ਤੇ ਕਿਸੇ ਕੋਲੋਂ ਵਡਾ ਲਓ ਠੀਕ ਹੈ ਹਾਂਜੀ ਵਡਾਈ ਦੇ ਤੇ ਸਾਇਲੇਜ ਤੁਸੀਂ ਆਪਣਾ ਆਪ ਹੀ ਬਣਾਉਂਦੇ ਹੋ ਜਾਂ ਫਿਰ ਬੰਦੇ ਮੰਗਵਾ ਕੇ ਤੇ ਉਹੀ ਕੰਮ ਕਰਦੇ ਨਹੀਂ ਆਪਣਾ ਆਪ ਸਾਇਲੇਜ ਬਣਾਈਦਾ ਜੇ ਆਪ ਬਣਾਈਦਾ ਸਾਰਾ ਸਾਂਭੀਦਾ ਆਪ ਹੀ ਠੀਕ ਹੈ ਉਹਦਾ ਜਰਾ ਸਕੀਮ ਦੱਸ ਦਿਓ ਕਿ ਕੀ ਹਿਸਾਬ ਤਾਬ ਹੈ ਉਹਦਾ ਕਿ ਸਭ ਤੋਂ ਪਹਿਲੇ ਅਗਰ
सब कटाई होनी है या फिर उथे जाके अपना पहली बैच सब तो पहलू तो बिजाई होनी है जी ओ ध्यान करना मक्की का चंगी अच्छी तरह जरा बहुत खर्चा ज्यादा होंगे अच्छा माशाला हाँ जी ओ चंगा ध्यान करिए फिर सैलेज अपना बनता सारे लोग अपना नहीं बना लेंगे ठीक है जी ते बाद फिर अपने को जगह तुसी महसूस रखी हाँ जी अपने को गोदाम बनाए ने दो तीन गोदाम भर लेने माशाला साडा साल का राशन बन गया अगो फिर मक्की हुण बीज देनी माशाला किन्ना तुसी सैलेज इकट्ठा करना साल का असी 50 तो 55 किले का जरा साल का साडा ना तकरीबन पूरा आ जाता ठीक हो गया ते सैलेज बारे सुनिया कि अगर इन थोड़ी जी हवा लग जाए गया जी सैलेज हवा लगन ही नहीं देंगे सैलेज नी बहुत अच्छे तरीके सामने ठीक है जी अच्छा ओवरऑल अगर वेखा जाए साले का कोई नुकसान तो नहीं कोई नुकसान नहीं ठीक हो गया जबरदस्त आले दुआले और भी बड़ी डेयरी फार्म्स ने तुहाडे डेयरी फार्म ते उन्हां दे डेयरी फार्म च वड्डा की फर्क असी कर सकने हैं असी ते मेरे ख्याल ही साडा जानवरां नूं वेख के तुहानूं फर्क नजर आ जाएगा जी बिल्कुल असी देखभाल माशाला बहुत अच्छी करने हैं और दा आउटपुट भी अच्छी हाँ जी आउटपुट भी मर्च मसाला भी नाल देईदा जी बड़े अच्छे तरीके नाल अपना हुण जदों दीआं गर्मियां चढ़ियां ने सरों दा तेल देईदा सारिआं डंगरां छोटिआं तों लैके वड्डिआं तक ठीक हो गया ठीक हो गया बहुत शुक्रिया जी तुसी बड़ी अहम मालूमा दिती है सानू उम्मीद है कि तुहाडा इंटरव्यू जिहड़ा नाज़रीन नूं पसंद आएगा और उन्होंने मोटिवेशन मिलेगी जिहड़े लोग है कारोबार करना चाहते हैं आखिर उन्होंने की मशवरा दवोगे कि इस कारोबार च अगर फायदा लेना है नुकसान तो बचना है तो यह काम करो हाँ जी माशाला बहुत फायदा सानू ते इहदे विचों बहुत ही अच्छा फायदा नजर आ जाए जी और जिहड़ा भी नाज़रीन साडा भरा सुनदा है उन्होंने इंशाला आस्ता 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 करनगे ते जदों ज्यों ज्यों उन्होंने शौक बनेगा तो फिर उन्होंने पता लग जाएगा इहदा फायदा किन्ना हुंदा ठीक हो गया बहुत शुक्रिया जी अस्सलाम वालेकुम।